वो तो गल तो ठीक है पर डर भी बड़ा होंदा जी ना। डर दे अगे जित होंदी है जित, एवें डरी ना जा। आपां अपनी अगली बाजी खेडिए चल। चलो उठ, तुहाडे कुछ ज्यादा ही खंभ निकलण लग पए आ। प्रीति मेरे नाल फालतू दे पंगे ना लिया कर चंगा। ਜਦੋਂ ਇੰਨਾ ਸਿਰ ਚੜੀ ਜਾਵੇ ਫਿਰ ਸਿਰੋਂ ਲਾਉਣਾ ਵੀ ਪੈਂਦਾ ਅਗਲੇ ਨੂੰ। ਚੱਲ ਕੋਈ ਨਹੀਂ, ਜਿਹੜਾ ਧੀ ਪੁੱਤ ਸਿਆਣਾ ਹੋਵੇ ਉਹਨੂੰ ਹੀ ਆਖਿਆ ਜਾਂਦਾ ਆ, ਮੂਰਖ ਨੂੰ ਥੋੜਾ ਸਮਝਾਇਆ ਜਾਂਦਾ ਆ। ਚੱਲ ਠੀਕ ਆ ਭਰਾਵਾ, ਮੇਰੇ ਲਾਗੇ ਬੈਠ ਸਕਦਾ ਘੜੀ? ਓਏ ਆ ਵੇ ਕੋਕ ਦੀ ਬੋਤਲ ਪਈ, ਕੋਕ ਤੇ ਪੀ ਸਕਦਾ ਆ। ਚੱਲ ਠੀਕ ਆ, ਕੋਕ ਪੀ ਲੈਣਾ। ਮੈਂ ਲੜੀ ਭਾਂ ਜਿੱਦਾਂ ਮਰਜ਼ੀ ਜਾ ਤੂੰ, ਪਰ ਹਿਸਾਬ ਹੁਣ ਵੱਖਰਾ ਵੱਖਰਾ ਹੋਊਗਾ। ਇੱਦਾਂ ਹੀ ਕਰਦੇ ਆ, ਇਹਦੀ ਰਨ ਵੀ ਇੱਦਾਂ ਹੀ ਕਰਦੀ ਆ, ਬਸ ਲੜਾਈਆਂ ਨੂੰ ਆਵਾਜ਼ਾਂ ਮਾਰਦੀ ਆ। ਲੈ ਵੀ ਵਿੱਕੀ ਸਿਆਂ, ਬਟੇਰਾ ਕਾਬੂ ਆ ਹੀ ਗਿਆ ਤੇਰੇ। ਹੈ ਤੂੰ ਤੇ ਆਪਣੀ ਚਾਲ ਚੱਲਦੀ, ਹੁਣ ਰਹਿ ਗਈ ਬਸ ਪ੍ਰੀਤ ਦੀ। ਚੱਲ ਵੇਖਦੇ ਹਾਂ ਹੁਣ ਨਜ਼ਾਰਾ। ਆ ਲੈ ਫੜ ਭਾਂਡੇ ਤੇ ਰਸੋਈ 'ਚ ਰੱਖ ਜਾ ਕੇ। ਉਹ ਮੈਂ ਤਾਂ ਆਪਣਾ ਕੰਮ ਦਿੱਤਾ ਹੀ ਉਹ ਕਰ, ਬਸ ਹੁਣ ਸਾਰੀ ਗੇਮ ਤੇਰੇ ਸਿਰ 'ਤੇ ਆ। ਤੂੰ ਵੀ ਆਪਣੀ ਚਾਲ ਚੱਲਦੇ ਜਾ ਕੇ। ਮੈਂ ਕਿਹਾ ਤੁਸੀਂ ਫਿਕਰ ਨਾ ਕਰੋ, ਵੇਖਿਓ ਸਹੀ ਹੁਣ ਮੈਂ ਕਿੱਦਾਂ ਅੱਗ ਲਾਉਂਦੀ। ਬਸ ਕਰਦੇ ਆਪਣਾ ਕੰਮ, ਹੁਣ ਵਿਹਨੇ ਆ ਦੋਵੇਂ ਜਾਣੇ ਫਿਲਮ। ਵੀਰ ਵੀਰ ਚਲਾ ਉੱਠ, ਚੱਲੀਏ ਬੰਬੀ ਨੂੰ, ਵੇਖ ਕੇ ਬਾਹਰ ਕੋਈ ਕੰਮ ਕਰ। ਮੇਰੇ ਸਿਰ ਪੀੜ ਜੀ ਹੋਈ ਜਾਣ ਡਈ ਆ। ਸਿਰ ਪੀੜ ਹੋਣ ਡਈ ਆ? ਚੱਕਰ ਜੀ ਆਈ ਜਾਂਦੇ, ਸਿਰ ਭਾਰਾ ਭਾਰਾ ਲੱਗਣ ਡਿਆ। ਉਹ ਕਿਤੇ ਪੀ ਪਾ ਦੇਣ ਲਈ ਉਹਨੇ ਬਹਿ ਕੇ? ਨਹੀਂ ਯਾਰ, ਤੇਰਾ ਦਿਮਾਗ ਖਰਾਬ ਆ, ਤੈਨੂੰ ਚੰਗਾ ਭਲਾ ਪਤਾ ਤੇ ਹੈਗਾ ਮੈਂ ਹੁਣ ਪੀਂਦਾ ਨਹੀਂ। ਯਾਰ ਬਾਹਰਾਂ ਤੇ ਆਉਣ ਡਈ, ਹੋਰ ਕਿੱਦਾਂ ਪੀਣੀ ਆ ਤੂੰ, ਰੱਜ ਕੇ ਤੇ ਪਿਆ ਵਾ। ਨਹੀਂ ਯਾਰ, ਮੈਂ ਨਹੀਂ ਸ਼ਰਾਬ ਪੀਤੀ, ਮੈਂ ਤੇ ਕੋਕ ਦੇ ਦੋ ਗਲਾਸ ਪੀਤੇ ਬਸ। ਹੱਦ ਹੋ ਗਈ ਤੇਰੇ ਨਾਲ, ਸ਼ਰਿਆਂ ਵੀ ਝੂਠ ਮਾਰੀ ਜਾਣਾ ਯਾਰ ਤੂੰ ਮੇਰੇ ਨਾਲ। ਯਾਰ ਸੁਣੋ, ਮੈਂ ਝੂਠ ਦੱਸ ਕਿਹੜੀ ਗੱਲ ਬੋਲੂੰਗਾ? ਨਹੀਂ ਮੈਂ ਨਹੀਂ ਪੀਤੀ, ਮੈਂ ਸਿਰਫ ਕੋਕ ਪੀਤਾ ਯਾਰ। ਚੱਲ ਵੀਰ ਉੱਠ, ਤੈਨੂੰ ਅੰਦਰ ਛੱਡ ਆਵਾਂ, ਇੱਥੇ ਧੁੱਪ ਆਈ ਨਹੀਂ ਘੜੀ ਤੱਕ। ਨਹੀਂ ਮੈਂ ਚੱਲਦਾ ਤੇਰੇ ਨਾਲ। ਉਹ ਤੇਰੇ ਕੋਲ ਆਪ ਤਾਂ ਉੱਠਿਆ ਨਹੀਂ ਜਾਣ ਡਿਆ, ਮਗਰੋਂ ਡਿੱਪੇਗਾ ਸੱਟ ਲੱਗ ਜੂਗੀ ਕਿਤੇ, ਤੇ ਉੱਠ ਤੈਨੂੰ ਮੈਂ ਅੰਦਰ ਛੱਡ ਆਵਾਂ। ਉਹ ਨਹੀਂ ਡਿੱਗਦਾ ਯਾਰ, ਮੈਂ ਤਾਂ ਨਾਲ ਝਬਾਚੇ ਦੇ ਵਿੱਚ ਨਾ ਤਾਰੀ ਮਾਰਦਾ ਵਾਂ। ਉਹ ਨਹੀਂ ਨਹੀਂ ਤੂੰ ਇੱਥੇ ਨਾਲ ਹੀ ਆ ਜਾ, ਤੇਰੇ ਕੋਲ ਨਹੀਂ ਆ ਜਾਣਾ ਹੁਣ, ਉੱਠ। ਚੱਲਦਾ ਯਾਰ ਮੈਂ ਤੇਰੇ ਨਾਲ। ਉਹ ਨਹੀਂ ਤੂੰ ਰਹਿਣ ਦੇ ਭਰਾ। ਓਹ ਯਾਰ ਪਤਾ ਨਹੀਂ ਕਿਉਂ ਸਿਰ ਪੀੜ ਹੋਈ ਜਾਂਦੀ ਆ। ਤੇ ਨਾ ਪੀਂਦਾ ਉਦੋਂ? ਉਹ ਨਹੀਂ ਪੀਤੀ ਯਾਰ ਮੈਂ। ਹੈ ਵੇ ਇਹਨੂੰ ਕੋਈ ਗੱਲ, ਇਹਨੂੰ ਫੜੀ ਆਉਣਾ ਆ। ਯਾਰ ਬਾਹਰ ਬਹਿ ਕੇ ਨੇ ਵਿੱਕੀ ਨਾਲ ਪੀ ਲਈ ਉਹ। ਯਾਰ ਨਹੀਂ ਪੀਤੀ, ਮੈਂ ਦੱਸ ਐਵੇਂ ਮੇਰਾ ਨਾਲ ਆਈ ਜਾਣਾ। ਹੈ ਵੇ ਤੈਨੂੰ ਮੈਂ ਸਮਝਾ ਸਮਝਾ ਥੱਕ ਗਈ ਆ, ਪਰ ਤੈਨੂੰ ਨਹੀਂ ਅਸਰ ਹੋਇਆ ਵੀ ਮੇਰੀ ਮਾਮੀ ਨੂੰ ਕੀ ਕਹਿੰਦੀ, ਅੱਜ ਫੇਰ ਡੱਪ ਕੇ ਤੇ ਆ ਗਿਆ ਆ। ਯਾਰ ਮੈਂ ਨਹੀਂ ਪੀਤੀ ਮੰਮੀ, ਮੇਰੀ ਮੇਰੀ ਗੱਲ ਦਾ ਯਕੀਨ ਕਰੋ, ਮੈਂ ਨਹੀਂ ਪੀਤੀ। ਵੇਲਾ ਪੈਰੇ ਤੇ ਲੱਗਣ ਨਹੀਂ ਹੁੰਦੇ, ਅਜੇ ਵੀ ਨਹੀਂ ਮੰਨਣ ਡਿਆ। ਅੰਨਿਆਂ ਨੂੰ ਦਿਸਣ ਡਿਆ ਵੀ ਇਹਨੇ ਪੀਤੀ ਆ, ਤਾਂ ਫੇਰ ਝੂਠ ਬੋਲੀ ਜਾਂਦਾ ਵੀ ਮੈਂ ਪੀਤੀ ਨਹੀਂ ਗੀ, ਕਿਉਂ ਨਹੀਂ ਤੈਨੂੰ ਸਮਝ ਲੱਗਦੀ? ਮੰਮੀ ਅੱਜ ਫੇਰ ਕਮਲ ਭਾਜੀ ਦੇ ਦਿਵਾਲੇ ਹੋ ਗਏ ਆ, ਉਹਦੀ ਤੇ ਚੰਗੀ ਕਲਾਸ ਲੱਗਣ ਡਈ ਆ। ਕਿਉਂ ਕੀ ਹੋਇਆ ਵਾ? ਉਹ ਸ਼ਰਾਬ ਪੀ ਕੇ ਆਏ ਜੇ, ਉਹ ਵੇਖੋ ਕਿੱਦਾਂ ਡੇ ਬੋਲਣ ਮੰਮੀ ਉਹਨੂੰ। ਉਹਨਾਂ ਨੇ ਤੇ ਚੰਗੀ ਭਲੀ ਛੱਡਤੀ ਸੀ ਤੇ ਅੱਜ ਫੇਰ ਪੀ ਲਈ ਆ। ਉਹਨਾਂ ਦੇ ਵਿਚਾਰੇ ਦਾ ਨਾ ਦਿਲ ਹੀ ਟੁੱਟ ਗਿਆ ਵਾ, ਉਹ ਵੀ ਤੁਹਾਡੇ ਕਰਕੇ। ਤੁਹਾਨੂੰ ਮਾਸਾ ਗੁੱਸਾ ਨਹੀਂ ਆਉਣ ਡਿਆ ਉਹਨਾਂ ਨੇ ਸ਼ਰਾਬ ਪੀਤੀ ਆ? ਜੇ ਉਹਨੇ ਸ਼ਰਾਬ ਪੀਤੀ ਆ ਤੇ ਮੈਨੂੰ ਕਿਹੜੀ ਗੱਲੋਂ ਗੁੱਸਾ ਲੱਗਣਾ ਆ? ਕਿਉਂਕਿ ਉਹਦੇ ਸ਼ਰਾਬ ਪੀਣ ਦੀ ਵਜ੍ਹਾ ਤੁਸੀਂ ਜੇ ਨਾ। ਕੀ ਮਤਲਬ ਤੇਰਾ? ਉਹਦੀ ਵਜ੍ਹਾ ਮੈਂ ਆ। ਤੁਸੀਂ ਵਿਆਹ ਕਰਾਉਣ ਤੋਂ ਨਾ ਕਰ ਦਿੱਤੀ ਨਾ, ਇਸ ਕਰਕੇ ਉਹਨੇ ਪੀਤੀ ਜੇ। ਅੱਛਾ, ਮੈਨੂੰ ਤੇ ਫਿਰ ਪਤਾ ਹੀ ਨਹੀਂ। ਮੈਨੂੰ ਵਿੱਕੀ ਦੱਸਣ ਡੇ ਸੀ, ਕਿਉਂਕਿ ਉਹਦਾ ਦਿਲ ਟੁੱਟ ਗਿਆ, ਤੁਸੀਂ ਨਾ ਜੋ ਕਰ ਦਿੱਤੀ ਹੈ ਇਸ ਕਰਕੇ ਉਹਨੇ ਨਾ ਗੁੱਸੇ ਦੇ ਆ ਕੇ ਸ਼ਰਾਬ ਪੀਤੀ ਆ। ਟੱਕੀ ਰਹਿ ਟੱਕੀ, ਬਹੁਤੀ ਚਲਾਕ ਨਾ ਬਣ, ਕਿੱਡੀਆਂ ਲੱਗੀ ਮੇਰੇ ਨਾਲ ਸ਼ਿਆਰੀਆਂ ਖੇਡਣ, ਸਭ ਪਤਾ ਮੈਨੂੰ ਉਹਨੇ ਸ਼ਰਾਬ ਕਿੱਦਾਂ ਪੀਤੀ ਤੇ ਕਿਵੇਂ ਪੀਤੀ ਆ। ਨਹੀਂ ਕਿੱਦਾਂ, ਵਿੱਕੀ ਨੇ ਪਿਆਲੀ ਉਹਨੂੰ ਸ਼ਰਾਬ, ਉਹ ਵੀ ਧੋਖੇ ਦੇ ਨਾਲ। ਨਾ ਤੁਹਾਨੂੰ ਕਿਹਦਾ ਪਤਾ ਕਿ ਵਿੱਕੀ ਨੇ ਸ਼ਰਾਬ ਪਿਆਲੀ ਉਹਨੂੰ ਧੋਖੇ ਨਾਲ? ਦੱਸਦੀਆਂ ਸਬਰ ਰੱਖ। ਨਾਲੇ ਏਦਾਂ ਕਿਤੇ ਤੁਸੀਂ ਮੇਰੇ ਪਤੀ ਤੇ ਸਿੱਧਾ ਸਿੱਧਾ ਇਲਜ਼ਾਮ ਲਾਉਣ ਡੇ ਜੇ। ਮੈਂ ਇਲਜ਼ਾਮ ਨਹੀਂ ਲਾਉਣ ਡਈ,
ਹੁਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਵੀ ਕਰ ਦੂੰਗੀ। ਹਾਏ ਇਹ ਇੰਨੇ ਵਿਸ਼ਵਾਸ ਨਾਲ ਕਿੱਦਾਂ ਕਹੀ ਜਾਂਦੀ ਹੈ, ਇਹਨੂੰ ਕਿੱਦਾਂ ਪਤਾ ਲੱਗ ਗਿਆ ਕਿ ਵਿੱਕੀ ਨੇ ਇਹਨੂੰ ਸ਼ਰਾਬ ਪਿਆ ਲਈ ਆ। ਉਹ ਮਾਤਾ ਇੱਥੇ ਕੋ ਘੇਰ ਕੇ ਖਲੋ ਗਈ ਆ, ਚਾਹ ਚੱਲੀਏ ਛਾਵੇਂ, ਅੱਗੇ ਉਹਨੇ ਪੀਤੀ ਆ ਉੱਥੋਂ ਤੁਸੀਂ ਖਲੋ ਰਹੇ ਜੇ ਨਾਲ ਦੇ, ਇੰਨੀ ਧੁੱਪ ਵਾ ਗਾਸ ਖਾ ਕੇ ਡੇਗੀ ਨਾ ਪਏ। ਆਹੋ ਬਹੁਤ ਗਾਸ ਖਾ ਗਏ ਡੇਗ ਪੈਣ ਲੱਗਾ ਆ। ਚਲੋ ਉੱਥੇ ਚੱਲੀਏ ਛਾਵੇਂ। ਭਰਾਵਾ ਚੰਗਾ ਭਲਾ ਮੈਂ ਦੱਸਾਂ ਐਵੇਂ ਧੱਕੇ ਨਾਲ ਹੀ ਲੱਭਣ ਡਿਆ ਆਣ ਜਿੰਨਾ ਚੰਗਾ ਭਲਾ ਤੂੰ ਹੈਗਾ ਵਾ। ਵੇ ਮੈਂ ਤੇ ਤੈਨੂੰ ਸਮਝਾ ਸਮਝਾ ਕੇ ਥੱਕ ਗਈ ਆ ਵੀ ਤੇਰਾ ਘਰ ਕੇ ਤੇਰਾ ਵਸ ਜੇ, ਪਰ ਤੂੰ ਤੇ ਆਪ ਹੀ ਟੋਏ ਪੁੱਟੀ ਜਾਣਾ ਆਪਣੇ ਅੱਗੇ। ਓ ਮੰਮੀ ਕਿਉਂ ਨਹੀਂ ਯਕੀਨ ਕਰਨ ਦੇ ਤੁਸੀਂ, ਮੈਂ ਨਹੀਂ ਪੀਤੀ ਨਹੀਂ ਪੀਤੀ ਮੈਂ। ਆ ਵੇਲੋ ਆ ਗਿਆ ਜੇ, ਦੱਸ ਵਿੱਕੀ ਯਾਰ ਮੈਂ ਸ਼ਰਾਬ ਪੀਤੀ? ਮੰਮੀ ਸਿਰਫ ਇੰਨੇ ਪੈਗ ਲਾਏ, ਮੈਂ ਤਾਂ 2 ਗਲਾਸ ਕੋਕ ਦੇ ਪੀਤੇ, ਉਹ ਵੀ ਇਹਨੇ ਮੈਨੂੰ ਧੱਕੇ ਨਾਲ ਪਿਆਲੇ। ਦੱਸ ਵਿੱਕੀ ਪੀਤੀ ਮੈਂ ਸ਼ਰਾਬ ਯਾਰ? ਅੱਛਾ ਇਹਦਾ ਮਤਲਬ ਫਿਰ ਤੈਨੂੰ ਕੋਕ ਹੀ ਚੜ ਗਈ। ਯਾਰ ਕੀ ਬੋਲੀ ਜਾਂਦਾ ਵਾ ਵਿੱਕੀ, ਯਾਰ ਸੱਚੀ ਗੱਲ ਦੱਸ ਦੇ ਮੰਮੀ ਨੂੰ, ਕੋਕ ਹੀ ਪੀਤੀ ਤੂੰ? ਆਪ ਹੀ ਤਾਂ ਪਾ ਕੇ ਦਿੱਤੇ ਮੈਨੂੰ ਯਾਰ 2 ਗਲਾਸ। ਹੱਦ ਕਰਨ ਡਿਆ ਵੀਰ, ਉਦੋਂ ਮੈਨੂੰ ਕਹੀ ਗਿਆ ਕਿ ਪੈਗਲਵਾ ਪੈਗਲਵਾ, ਤਾਂ ਹੁਣ ਪੈਗਲ ਆ ਕੇ ਝੂਠ ਬੋਲੀ ਜਾਂਦਾ। ਵਿੱਕੀ ਕਿਉਂ ਝੂਠ ਬੋਲੀ ਜਾਂਦਾ ਯਾਰ, ਰੱਬ ਨੂੰ ਜਾਨ ਦੇਣੀ ਆ, ਹੈਂ ਸੱਚ ਬੋਲ ਮੇਰਾ ਵੀਰ। ਸੁਣ ਤੇਰੇ ਸਾਹਮਣੇ ਕੋਕ ਦੀ ਬੋਤਲ ਪਈ ਸੀ ਨਾ ਉੱਥੇ। ਯਾਰ ਤੁਸੀਂ ਦੋਵੇਂ ਜਣੇ ਇਕੱਠੇ ਬੈਠੇ ਸੀ, ਜਦੋਂ ਉਹਨੇ ਕਹਿਤਾ ਵੀ ਪੈਗ ਲਾਇਆ ਫਿਰ ਲਾਇਆ ਹੋਣਾ ਤੂੰ। ਸੋਨੂੰ ਮੇਰਾ ਯਕੀਨ ਕਰ ਯਾਰ, ਮੈਂ ਨਹੀਂ ਪੀਤੀ, ਇਹਨੇ ਸਿਰਫ ਮੈਨੂੰ ਇੰਨੀ ਗੱਲ ਆਖੀ ਕਿ ਆ ਜਾ ਮੇਰੇ ਲਾਗੇ ਬਹਿ ਜਾ, ਆਂਦਾ ਵੀਰ ਲਾਗੇ ਬਹਿ ਤਾਂ ਸਕਦਾ ਹੀ ਆ ਨਾ, ਮੈਂ ਸਿਰਫ ਸੋਨੂੰ ਇਹਦੇ ਲਾਗੇ ਬੈਠਾ ਵਾਂ, ਮੈਂ ਪੀਤੀ ਨਹੀਂ ਆ। ਉਹ ਬਹਿਣ ਵਾਸਤੇ ਤਾਂ ਮੈਨੂੰ ਵੀ ਕਿਹਾ ਸੀ ਕਿ ਮੇਰੇ ਲਾਗੇ ਬਹਿ ਜਾ, ਮੈਂ ਕਿਉਂ ਨਹੀਂ ਬਹਿ ਗਿਆ? ਤੇਰਾ ਜੀ ਕਰਦਾ ਹੋਣਾ ਪੀਣ ਨੂੰ, ਤਾਂ ਹੀ ਤੂੰ ਬੈਠਾ ਵਾ। ਫਿਰ ਲੱਗ ਗਿਆ ਮੈਨੂੰ ਪਤਾ, ਤੂੰ ਵਿੱਕੀ ਮੈਨੂੰ ਕੋਕ 'ਚ ਮਿਲਾ ਕੇ ਸ਼ਰਾਬ ਪਿਆਲੀ ਆ। ਬੋਲੇ ਉਹ ਤੇਰੇ ਚਲਾਕ ਸੱਜਣਾ, ਭਾਬੀ ਨੂੰ ਵੇਖ ਕੇ ਸਾਹਮਣੇ ਤੇ ਮੁੱਕਰ ਹੀ ਗਿਆ, ਉਦੋਂ ਕਹੀ ਗਿਆ ਮੈਨੂੰ ਪੈਗ ਤੇ ਪੈਗ ਬਣਾ ਕੇ ਪਿਆਲੀ ਜਾ ਪਿਆਲੀ ਜਾ, ਤੇ ਹੁਣ ਕਿਹੜੀ ਗੱਲੋਂ ਮੁੱਕਰਨ ਡਿਆ? ਜਿੱਦਾਂ ਪੀਤੇ ਉਦਾਂ ਮਨ ਵੀ ਨਾ ਕਿ ਮੈਂ ਪੀਤੀ ਆ। ਵਿੱਕੀ ਝੂਠ ਨਾ ਬੋਲੀ ਜਾ, ਸੱਚ ਦੱਸ ਦੇ ਸਾਰਿਆਂ ਨੂੰ ਜਿਹੜੀ ਤੂੰ ਹਰਕਤ ਕੀਤੀ ਆ। ਮੈਂ ਤੇ ਯਾਰ ਸੋਨੂੰ ਦੇ ਨਾਲ ਗਿਆ ਸੀ, ਸੋਨੂੰ ਦੱਸ ਮੈਂ ਪੀਤੀ ਸੀ ਉੱਥੇ ਕਿਤੇ ਵੀ? ਤੂੰ ਮੈਨੂੰ ਪਿਆਲੀ ਆ, ਤੂੰ ਮੈਨੂੰ ਕੋਕ 'ਚ ਪਾ ਕੇ ਹੈ ਵੇ। ਕਰਤੂਤਾਂ ਤੇ ਤੇਰੀਆਂ ਆਪਣੀਆਂ ਨਹੀਂ ਚੰਗੀਆਂ, ਤੂੰ ਤੇ ਆਪਣਾ ਘਰ ਨਹੀਂ ਵਸਾਉਣਾ ਚਾਹੀਦਾ, ਮੇਰਾ ਤੇ ਜੀ ਕਾ ਤਾਂ ਮੋਰ ਮੋਰ ਚਪੇੜਾ ਤੇਰਾ ਮੂੰਹ ਪਾਉਂਦਾ ਤੇਰਾ, ਜਿੱਦਾਂ ਦੇ ਤੇਰਾ ਲੱਛਣ ਆ। ਮੰਮੀ ਤੁਸੀਂ ਨਹੀਂ ਜਾਣਦੇ ਸੱਚ ਕੀ ਆ, ਕਵਲ ਸਹੀ ਕਹਿਣ ਡੇ ਆ, ਇਹਨਾਂ ਨੇ ਆਪ ਨਹੀਂ ਸ਼ਰਾਬ ਪੀਤੀ, ਵਿੱਕੀ ਨੇ ਧੋਖੇ ਨਾਲ ਸ਼ਰਾਬ ਪਿਆਲੀ ਇਹਨੂੰ ਕੋਕ 'ਚ ਮਿਲਾ ਕੇ। ਅੱਛਾ ਇਹ ਕੋਈ ਚੂਚਾ ਆ ਨਾ ਜਿਹਦੇ ਮੈਂ ਮੂੰਹ ਦੇ ਵਿੱਚ ਪਾ ਦਿੱਤੀ ਧੋਖੇ ਦੇ ਨਾਲ, ਹੱਦ ਕਰਤੀ ਤੁਸੀਂ ਤੇ। ਵਿੱਕੀ ਹੋਰ ਕਿੱਦਾਂ ਧੋਖੇ ਨਾਲ ਪਿਆ ਲੈਣੀ ਸੀ? ਤੂੰ ਮੈਨੂੰ ਆਖਿਆ ਕੋਕ ਪੀ ਲਾ ਤੇ ਫਿਰ ਕੋਕ ਦੇ 'ਚ ਮਲਾਈ ਤੇ ਫਿਰ ਧੋਖਾ ਨਾ ਆਇਆ ਤੇ ਹੋਰ ਕੀ ਹੋਇਆ? ਚੁੱਪ ਕਰਕੇ ਬਹਿ ਜਾ। ਅੱਛਾ ਇੱਦਾਂ ਕਿੱਦਾਂ ਇਹਨਾਂ ਨੂੰ ਧੋਖੇ ਨਾਲ ਪਿਆ ਦਿੱਤੀ? ਸੋਨੂੰ ਭਾਜੀ ਵੀ ਤੇ ਲੱਗੇ ਸੀ, ਉਹਨਾਂ ਨੇ ਕਿਉਂ ਨਹੀਂ ਫਿਰ ਪੀ ਲਈ? ਇਹਨਾਂ ਨੂੰ ਤਾਂ ਮੈਂ ਬੜੀ ਵਾਰੀ ਕਹਿੰਦੀ ਹਾਂ ਨਾ ਇਹੋ ਜਿਹੇ ਕੰਮ ਕਰਿਆ ਕਰੋ, ਨਾ ਇਹੋ ਜਿਹੇ ਕੰਮ ਕਰਿਆ ਕਰੋ, ਮੁਖਤਿਆਰੀ ਸਾਰੀ ਸਾਂਭੀਏ ਤਾਂ ਹੀ ਤੁਹਾਨੂੰ ਗੱਲਾਂ ਜ਼ਿਆਦਾ ਹੁੰਦੀਆਂ ਜੇ। ਆ ਤੂੰ ਤਾਂ ਚੁੱਪ ਹੀ ਰਹਿ ਮੈਡਮ, ਹਲੇ ਘੜੀ ਕੁ ਪਹਿਲਾਂ ਤਾਂ ਤੂੰ ਸਾਨੂੰ ਸਮਝਾਉਣ ਡਈ ਸੀ ਕਿ ਬਿਨਾਂ ਫਾਇਦੇ ਤੋਂ ਤਾਂ ਅਸੀਂ ਕਿਸੇ ਨਾਲ ਗੱਲ ਨਹੀਂ ਕਰਦੇ, ਫਿਰ ਸੋਨੂੰ ਨੂੰ ਪਿਆਲ ਕੇ ਤੁਹਾਨੂੰ ਕੋਈ ਫਾਇਦਾ ਨਹੀਂ ਨਾ ਹੋਣਾ। ਨਹੀਂ ਮਤਲਬ ਕੀ ਆ ਤੁਹਾਡਾ ਭਾਬੀ, ਕਵਲ ਨੂੰ ਮੈਂ ਆਪਣੇ ਫਾਇਦੇ ਵਾਸਤੇ ਪਿਆਲਦਾ ਆ? ਮੈਂ ਨਾ ਸਭ ਜਾਣਦੀ ਆ, ਆ ਜਿਹੜੀਆਂ ਚਾਲਾਂ ਤੁਸੀਂ ਚੱਲਣ ਡਏ ਆ, ਆ ਪ੍ਰੀਤ ਹੁਣੇ ਮੈਨੂੰ ਰਸੋਈ 'ਚ ਪਤਾ ਕੀ ਕਹਿ ਕੇ ਆਈ ਆ ਕਿ ਕਵਲ ਦਾ ਸ਼ਰਾਬ ਪੀਣ ਦੇ ਪਿੱਛੇ ਹੱਥ ਮੇਰਾ ਆ। ਪਰ ਸੰਦੀਪ ਮੇਰਾ ਯਕੀਨ ਕਰੀ, ਮੈਂ ਸੱਚੀ ਸ਼ਰਾਬ ਨੂੰ ਹੱਥ ਨਹੀਂ ਲਾਇਆ। ਉਹ ਇਹ ਤਾਂ ਸਭ ਆਪਣੀਆਂ ਸਕੀਮਾਂ ਡਏ ਆ ਚੱਲਣ, ਮੈਂ ਸਭ ਪਤਾ ਕਰ ਲਿਆ ਇਹਨਾਂ ਦਾ। ਮੰਮੀ ਇੱਧਰ ਆਓ, ਤੁਸੀਂ ਇੱਧਰ ਆਓ, ਮੇਰੀ ਗੱਲ ਸੁਣੋ। ਜਾ ਲੈ ਜਾ ਇਹਨਾਂ ਨੂੰ ਅੰਦਰ, ਜਿਹੜੀ ਅੰਦਰ ਜਾ ਕੇ ਸਕੀਮਾਂ ਘੜਨੀਆਂ ਨਾ ਘੜਦੀ ਰਹਿ, ਸਾਹਮਣੇ ਬੋਲਣ ਦੀ ਤੇ ਹਿੰਮਤ ਨਹੀਂ ਹੈਗੀ ਤੇਰੀ। ਆ ਵੇਖ ਲਾ ਵੀਰ, ਭਲਾਈ ਦਾ ਤਾਂ ਕੋਈ ਜ਼ਮਾਨਾ ਹੀ ਨਹੀਂ ਹੈਗਾ, ਉਹ ਮਿੰਟਾਂ ਦੇ ਵਿੱਚ ਮੈਨੂੰ ਬੁਰਾ ਬਣਾ ਗਿਆ, ਮਿੰਟਾਂ ਦੇ ਵਿੱਚ। ਚਲੋ ਆ ਜਾਓ, ਅਸੀਂ ਵੀ ਚੱਲੀਏ। ਉਹ ਨਹੀਂ ਮੈਂ ਖੇਤ ਜਾਣਾ ਗੇੜਾ ਮਾਰਨ। ਨਾ ਤੁਹਾਨੂੰ ਕਾਹਦੀ ਅੱਗ ਲੱਗੀ ਖੇਤਾਂ ਜਾਣ ਦੀ, ਉਹ ਦੋਵੇਂ ਡੱਫ ਗਏ ਇੱਥੇ ਬੈਠੇ ਨੇ ਤੇ ਤੁਸੀਂ ਗਰਮੀ 'ਚ ਮਰਨਾ ਠੇਕਾ ਲਿਆ ਕੋਈ, ਕਿਤੇ ਨਹੀਂ ਖੇਤ ਖੂਤ ਜਾਣਾ। ਉਹ ਕੋਈ ਗੱਲ ਨਹੀਂ ਵੀਰ, ਤੂੰ ਜਾਣਾ ਖੇਤਾਂ 'ਚ ਜਾ, ਨਹੀਂ ਜਾਣਾ ਨਾ ਜਾ, ਕੋਈ ਗੱਲ ਨਹੀਂ, ਪਰ ਤੂੰ ਜਿਹੜਾ ਮੇਰਾ ਸਾਥ ਦਿੱਤਾ ਆ ਨਾ, ਮੈਨੂੰ ਬਹੁਤ ਵਧੀਆ ਲੱਗਾ, ਅੱਗੇ ਵੀ ਤੂੰ ਮੇਰਾ ਇੱਦਾਂ ਹੀ ਸਾਥ ਦੇਣਾ ਆ, ਆਪਣੇ ਭਰਾ ਦੇ ਉੱਤੇ ਇਲਜ਼ਾਮ ਨਾ ਲੱਗਣ ਦੇਈਂ। ਕੋਈ ਲੋੜ ਨਹੀਂ ਗੱਲ ਦੇ ਵਿੱਚ ਆਉਣ ਦੀ, ਖਾਸ ਕਰਕੇ ਜਿੰਨਾ ਚਿਰ ਸੱਚ ਝੂਠ ਦਾ ਨਿਤਾਰਾ ਨਹੀਂ ਹੋ ਜਾਂਦਾ। ਅੱਛਾ ਬੜੀ ਆਈ ਆ ਸੱਚ ਝੂਠ ਦਾ ਨਿਤਾਰਾ ਕਰਨ ਵਾਲੀ, ਤੁਹਾਨੂੰ ਸ਼ਰਮ ਤੇ ਨਹੀਂ ਆਉਂਦੀ ਹੈਗੀ? ਜਦੋਂ ਦੋਵੇਂ ਭਰਾ ਆਪਸ 'ਚ ਗੱਲ ਕਰਨ ਡਿਆ, ਤੁਹਾਡਾ ਵਿੱਚ ਬੋਲਣਾ ਜ਼ਿਆਦਾ ਜ਼ਰੂਰੀ ਆ। ਨਹੀਂ ਸ਼ਰਮ ਤੇ ਤੈਨੂੰ ਆਉਣੀ ਚਾਹੀਦੀ ਆ, ਬਿਨਾਂ ਵਜ੍ਹਾ ਤੋਂ ਘਰ 'ਚ ਕਲੇਸ਼ ਪਾ ਕੇ ਰੱਖਦੀ ਹੈ ਤੂੰ। ਅੱਛਾ
मैं कलेश पाउनी आ आप जिहड़े अंदर वड़ के उहनूं लुत्ती लाउंदी रहिंदी आ उह किधर नूं जाणियां गल्लां ते तेरा भलेखा नहीं मैनूं मैं अंदर वड़ के उहनूं लुत्ती लाउंदी ते तूं बाहर जा के ते इत्थे बगीचे विच लड़दी आ प्रीत चुप कर क्यों लड़ी जांदी क्यों चुप कर ते 2 मिंट रुक जा मैनूं इहदे नाल गल कर लैंदे मां जी तीजे दिन मां लै जा भरावा चल लै जा भरावा इहदी गल वेख लै मां जी बड़ी ए आकड़ी फिरदी आ हां होवेगा हुण क्यों भज्जी आ इधर सुन के जा मेरीआं गल्लां छड क्यों छड्डा पटाक पटाक के मेरे बोलन डी आ चुप कर जा बाबा चुप कर जा ਮਹੇ ਤੇ ਸੋਨੂੰ ਵੀਰ ਆਪਣੇ ਹੱਕ ਦੇ ਵਿੱਚ ਬੋਲਣ ਲੱਗਾ ਵਾ ਤੇ ਤੂੰ ਉਹਦੇ ਨਾਲ ਔਖੀ ਭਰੀ ਹੋਈ ਜਾਨੀ ਆ ਉਹ ਜਿਹੜਾ ਤੈਨੂੰ ਕੰਮ ਦਿੱਤਾ ਸੀ ਉਹਦੇ ਤੇਰੇ ਕੋਲ ਚੱਜ ਨਾਲ ਹੋਇਆ ਨਹੀਂ ਸਾਰਾ ਬਣਿਆ ਬਣਾਇਆ ਪਲਾਨ ਖਰਾਬ ਹੋ ਗਿਆ ਵਾ ਉਹ ਮੈਂ ਤੇ ਚੱਜ ਨਾਲ ਹੀ ਸਾਰਾ ਕੰਮ ਕੀਤਾ ਸੀ ਉਹਨੇ ਤੇ ਮੈਨੂੰ ਰਸੋਈ ਦੇ ਵਿੱਚ ਹੀ ਕਹਿ ਦਿੱਤਾ ਵਾ ਕਿ ਮੈਨੂੰ ਪਤਾ ਇਹਦੇ ਪਿੱਛੇ ਕਿਹਦਾ ਹੱਥ ਵਾ ਅੱਛਾ ਹੋਰ ਕੀ ਮੈਨੂੰ ਲੱਗਿਆ ਗੱਲਾਂ ਕਰਨ ਉਹ ਜਿੰਨੀਆਂ ਆਪਾਂ ਚਾਲਾਂ ਖੇਡਣ ਦੇ ਨਾ ਉਹ ਓਨੀ ਵੱਧ ਚਲਾਕ ਹੋਈ ਜਾਂਦੀ ਆ ਉਹਨੇ ਤੇ ਮੈਨੂੰ ਸਾਫ ਸਾਫ ਰਸੋਈ ਦੇ ਵਿੱਚ ਕਹਿ ਦਿੱਤਾ ਸੀ ਕਿ ਇਹਦੇ ਪਿੱਛੇ ਵਿੱਕੀ ਦਾ ਹੱਥ ਆ ਤੇ ਵਿੱਕੀ ਨੇ ਚਲਾਕੀ ਨਾਲ ਉਹਨੂੰ ਸ਼ਰਾਬ ਪਿਆ ਲਈ ਆ ਅੱਛਾ ਤੇ ਫਿਰ ਆਹ ਗੱਲ ਆ ਐਦਾਂ ਕਰ ਜਾ ਅੰਦਰ ਜਾ ਕੇ ਵੇਖ ਕੀ ਪੁੱਛਣ ਡੀਆਂ ਵਾ ਕਿਤੇ ਕਵਲ ਸਾਡੇ ਖਿਲਾਫ ਹੀ ਨਾ ਕੋਈ ਗੱਲ ਕਰਦੇ ਇਹਦੇ ਨਾਲ ਤਾਂ ਬਾਅਦ 'ਚ ਨਿਪਟਦੇ ਆ ਜਾ ਮੈਂ ਤਾਂ ਉਹਨੂੰ ਇੰਨਾ ਬੋਲੀ ਆ ਹੁਣੇ ਉਹ ਤੂੰ ਜਾ ਤੂੰ ਗੱਲਾਂ ਹੀ ਸੁਣਨੀਆਂ ਵਾ ਤੂੰ ਕਿਹੜਾ ਉਹਨਾਂ ਦੇ ਲਾਗੇ ਚਲ ਜਾਣਾ ਵਾ ਜਾ ਤਾਂ ਸਹੀ ਵੇਖ ਕੀ ਡੀਆਂ ਕਰਨ ਉਹ ਜਾਨੀ ਆ ਜਦੋਂ ਮੰਮੀ ਜੀ ਕਵਲ ਰਸੋਈ 'ਚ ਆਏ ਸੀ ਨਾ ਗਲਾਸੀ ਲੈਣ ਤੇ ਮੈਂ ਉਦੋਂ ਇਹਨਾਂ ਨੂੰ ਕਿਹਾ ਸੀ ਵੀ ਗਲਾਸੀ ਕੀ ਕਰਨੀ ਆ ਅਤੇ ਅੱਗੇ ਮੈਨੂੰ ਪਤਾ ਕੀ ਕਹਿੰਦੇ ਵੀ ਕੋਕ ਪੀਣ ਲੱਗਾ ਆ ਮੈਂ ਤਾਂ ਵਿੱਕੀ ਉੱਥੇ ਬੈਠੇ ਹਾਂ ਬਾਹਰ ਅਤੇ ਮੈਂ ਉਦੋਂ ਹੀ ਇਹਨਾਂ ਨੂੰ ਕਿਹਾ ਸੀ ਕਿ ਹਿਸਾਬ ਨਾ ਰਹੋ ਜਿੰਨਾ ਉਹ ਚਲਾਕ ਵਾ ਨਾ ਉਹਨੇ ਜ਼ਰੂਰ ਕੋਈ ਨਾ ਕੋਈ ਗੜਬੜੀ ਕਰਨੀ ਜੇ ਅਤੇ ਉਹ ਗੱਲ ਹੋਈ ਮੇਰਾ ਤਾਂ ਮੱਥਾ ਉਦੋਂ ਹੀ ਠਣਕ ਗਿਆ ਸੀ ਵੀ ਅੱਜ ਜ਼ਰੂਰ ਕੋਈ ਨਾ ਕੋਈ ਗੜਬੜ ਹੋਊਗੀ ਪਰ ਮੰਮੀ ਮੈਂ ਕੀ ਕਰਦਾ ਮੇਰਾ ਤਾਂ ਵਿੱਕੀ ਦੇ ਨਾਲ ਇਹੋ ਜਿਹਾ ਕੋਈ ਹਿਸਾਬ-ਕਿਤਾਬ ਹੈ ਹੀ ਨਹੀਂ ਆ ਮੈਨੂੰ ਤਾਂ ਯਕੀਨ ਹੀ ਬੜਾ ਸੀ ਆਪਣੇ ਭਰਾ ਦੇ ਉੱਤੇ ਮੈਂ ਤਾਂ ਕਦੇ ਸੁਪਨੇ 'ਚ ਵੀ ਨਹੀਂ ਸੋਚ ਸਕਦਾ ਕਿ ਵਿੱਕੀ ਮੇਰੇ ਨਾਲ ਇੱਦਾਂ ਕਰੂਗਾ ਹਾਲਾਂਕਿ ਮੈਂ ਜਦੋਂ ਜਾ ਕੇ ਕੋਕ ਦਾ ਜੇ ਇੱਕ ਹੀ ਘੁੱਟ ਪੀਤਾ ਨਾ ਮੈਂ ਉਦੋਂ ਹੀ ਆਖ ਦਿੱਤਾ ਵਿੱਕੀ ਨੂੰ ਕਿ ਵਿੱਕੀ ਇਹਦਾ ਸਵਾਦ ਪਹਿਲੇ ਵਰਗਾ ਨਹੀਂ ਹੈਗਾ ਅਤੇ ਅੱਗੋਂ ਮੈਨੂੰ ਕਹਿੰਦਾ ਨਹੀਂ ਇਹ ਕੰਪਨੀ ਨੇ ਕੋਈ ਵਾਧਾ ਘਾਟਾ ਕੀਤਾ ਵਾ ਇਹੋ ਜਿਹੀ ਕੋਈ ਗੱਲ ਨਹੀਂ ਮੇਰੇ ਤਾਂ ਦਿਮਾਗ ਵਿੱਚ ਇੱਕ ਵਾਰੀ ਨਹੀਂ ਇਹ ਗੱਲ ਆਈ ਬਾਕੀ ਮੰਮੀ ਮੈਨੂੰ ਇਹਨਾਂ ਨੇ ਆਖਿਆ ਸੀ ਪਰ ਮੈਂ ਗੌਰ ਹੀ ਨਹੀਂ ਕੀਤੀ ਇਹਨਾਂ ਦੀ ਗੱਲ ਵੱਲ ਮੰਮੀ ਜੀ ਉਹ ਤੁਰੀ ਆਉਣ ਡਈ ਜੇ ਪਹਿਲਾਂ ਹੁਣ ਉਹਦੇ ਨਾਲ ਨਿਪਟਾ ਲਓ ਤੁਸੀਂ ਗੱਲ ਹਾਂ ਪ੍ਰੀਤ ਕੰਮ ਆ ਕੋਈ ਨਹੀਂ ਮੈਨੂੰ ਤੇ ਕੋਈ ਕੰਮ ਨਹੀਂ ਆ ਮੈਂ ਤੇ ਉਦਾਂ ਹੀ ਆ ਗਈ ਆ ਜਾ ਫਿਰ ਆਈ ਕੋਈ ਗੱਲ ਕਰਨੀ ਹੈ ਕਿਹੜੀ ਗੱਲ ਕਰਨੀ ਆ ਮੇਰੇ ਸਾਹਮਣੇ ਕਰ ਲਓ ਮੈਂ ਵੀ ਤੇ ਇਸ ਘਰ ਦੀ ਨੂੰ ਆ ਜਿੱਦਾਂ ਇਹ ਆ ਕਈ ਗੱਲਾਂ ਹੁੰਦੀਆਂ ਪਰਦੇ ਅੰਦਰ ਕਰਨ ਵਾਲੀਆਂ ਕਿਸੇ ਦੀਆਂ ਗੱਲਾਂ ਨਹੀਂ ਸੁਣੀ ਦੀਆਂ ਨਾਲੇ ਜਦੋਂ ਤੂੰ ਤੇ ਵਿੱਕੀ ਉੱਥੇ ਬਾਹਰ ਗੱਲਾਂ ਕਰਦੇ ਜੇ ਅਸੀਂ ਕਦੀ ਸੁਣੀਆਂ ਤੁਹਾਡੀਆਂ ਗੱਲਾਂ ਜਾ ਕੇ ਅਸੀਂ ਲਿਆ ਕਦੀ ਹਿੱਸਾ ਵਿੱਚ ਤੇ ਸੁਣ ਲਿਆ ਕਰੋ ਜਾ ਕੇ ਮੈਂ ਕਿਹੜਾ ਤੁਹਾਨੂੰ ਕਦੀ ਰੱਖਿਆ ਵਾ ਉਹ ਜਾ ਜਾ ਸਾਨੂੰ ਨਹੀਂ ਇਦਾਂ ਦੀਆਂ ਆਦਤਾਂ ਹੈਗੀਆਂ ਆਹੋ ਸਾਰੀਆਂ ਆਦਤਾਂ ਚੱਜਰੀਆਂ ਤੁਹਾਨੂੰ ਹੀ ਆ ਭਲਾ ਆ ਕੀ ਗੱਲਾਂ ਸੁਣਨ ਵਾਸਤੇ ਇੱਥੇ ਸੱਚੀ ਮੰਮੀ ਮੈਂ ਕਦੀ ਨਹੀਂ ਸੋਚਿਆ ਕਿ ਵਿੱਕੀ ਇੱਥੋਂ ਤੱਕ ਡਿੱਗ ਸਕਦਾ ਵਾ ਅੱਜ ਮੈਂ ਤੁਹਾਨੂੰ ਵਿੱਕੀ ਦੀਆਂ ਕੱਲੀਆਂ ਕੱਲੀਆਂ ਕਰਤੂਤਾਂ ਦੱਸਦਾ ਕਿ ਉਹ ਮੇਰੇ ਕੋਲੋਂ ਕੀ ਕੁਝ ਕਰਵਾਉਂਦਾ ਰਿਹਾ ਹਾਂ ਹਾਂ ਦੱਸਣੀਆਂ ਵੀ ਚਾਹੀਦੀਆਂ ਵਾ ਉਹ ਨਹੀਂ ਕਿਸੇ ਦਾ ਵੀ ਸਕਾ ਹੈਗਾ ਸਾਨੂੰ ਵੀ ਤਾਂ ਨਾਲੇ ਪਤਾ ਲੱਗੇ ਕੀ ਉਹਨੇ ਕਰਵਾਇਆ ਤੁਹਾਡੇ ਕੋਲੋਂ ਮੈਂ ਤੁਹਾਡੇ ਕੋਲੋਂ ਨਾ ਫੇਰ ਮਾਫੀ ਮੰਗਦਾ ਮੈਂ ਤੁਹਾਡੇ ਨਾਲ ਬੜੀਆਂ ਗਲਤ ਹਰਕਤਾਂ ਕੀਤੀਆਂ ਪਰ ਮੈਂ ਉਹ ਕਰਨੀਆਂ ਨਹੀਂ ਚਾਹੁੰਦਾ ਅਸਲ ਦੇ ਵਿੱਚ ਉਹ ਹਰਕਤਾਂ ਮੇਰੇ ਕੋਲ ਕਰਵਾਈਆਂ ਗਈਆਂ ਇਹ ਸਾਰਾ ਕੁਝ ਮੇਰੇ ਕੋਲ ਵਿੱਕੀ ਨੇ ਕਰਵਾਇਆ ਮੈਂ ਚੁੱਪ ਕਰਕੇ ਤਾਂ ਬਹਿ ਜਾ ਐਵੇਂ ਮੁੰਡੇ ਨੂੰ ਬਰਿਆਈ ਨਾ ਦੇਈ ਜਾ ਨਹੀਂ ਮੰਮੀ ਮੇਰਾ ਯਕੀਨ ਮੰਨੋ ਮੈਂ ਬਰਿਆਈ ਨਹੀਂ ਦੇਣ ਡਿਆ ਅਸਲ ਦੇ ਵਿੱਚ ਹੀ ਉਹਨੇ ਸਾਰਾ ਕੁਝ ਮੇਰੇ ਕੋਲ ਕਰਵਾਇਆ ਜਿਹੜਾ ਇਹਨਾਂ ਦਾ ਮੈਂ ਹੱਥ ਫੜਿਆ ਜਿਹੜਾ ਇਹਨਾਂ ਨੂੰ ਮੈਂ ਸਤਾਉਂਦਾ ਰਿਹਾ ਤੰਗ ਕਰਦਾ ਰਿਹਾ ਸਾਰਿਆਂ ਤੋਂ ਮਗਰੋਂ ਘਰ ਵਿੱਚ ਇਕੱਲੇ ਹੋਇਆ ਇਹ ਸਾਰੀਆਂ ਹਰਕਤਾਂ ਵਿੱਕੀ ਨੇ ਕਰਵਾਈਆਂ ਮੇਰੇ ਕੋਲੋਂ ਉਹ ਹੀ ਮੈਨੂੰ ਪਾਣ ਚੜ੍ਹਾਉਂਦਾ ਰਿਹਾ ਇਹਨਾਂ ਗੱਲਾਂ ਦੀ ਮੰਮੀ ਵਿੱਕੀ ਨੇ ਮੇਰੇ ਦਿਮਾਗ ਵਿੱਚ ਇੱਕੋ ਹੀ ਗੱਲ ਬਿਠਾਲ ਦਿੱਤੀ ਸੀ ਕਿ ਮੈਂ ਇਹਨਾਂ ਨੂੰ ਬਦਨਾਮ ਕਰਾਂ ਜਿੰਨਾ ਮੈਂ ਇਹਨਾਂ ਨੂੰ ਬਦਨਾਮ ਕਰੂੰਗਾ ਨਾ ਉਨਾ ਹੀ ਇਹਨਾਂ ਦੇ ਮਨ ਵਿੱਚ ਡਰ ਬੈਠੂਗਾ ਅਤੇ ਬਦਨਾਮ ਹੋਣ ਤੋਂ ਬਾਅਦ ਵਿੱਚ ਇਹ ਕਿਸੇ ਪਾਸੇ ਜੋਗੇ ਨਹੀਂ ਰਹਿਣਗੇ ਅਤੇ ਆਪੇ ਤੇਰੇ ਨਾਲ ਵਿਆਹ ਕਰਾਉਣ ਲਈ ਹਾਂ ਕਰ ਦੇਣਗੇ ਮੰਮੀ ਇਹ ਗੱਲ ਤਾਂ ਹੁਣ ਮੇਰੀ ਸਮਝ ਵਿੱਚ ਪਈ ਕਿ ਉਹ ਸਾਰਾ ਕੁਛ ਮੇਰੇ ਭਲੇ ਲਈ ਨਹੀਂ ਮੇਰੇ ਬੁਰੇ ਵਾਸਤੇ ਕਰਦਾ ਰਿਹਾ ਵਾ ਆਹ ਤਾਂ ਤੂੰ ਆਪਣੀਆਂ ਗਲਤੀਆਂ ਜਾਣ ਕੇ ਉਹਦੇ 'ਤੇ ਥੱਪਣ ਡਿਆ ਆ ਜਿੱਦਣ ਤੇਰੀ ਭੂਆ ਦੇ ਘਰ ਖੰਡ ਪਾਠ ਸਾਹਿਬ ਦਾ ਭੋਗ ਸੀ ਉਹਨਾਂ 'ਤੇ ਵਿੱਕੀ ਘਰ ਵੀ ਨਹੀਂ
उधर तू ही घर आना, तू ही बदतमीजी की। मम्मी एहो ही तो गल आ कि तुहानू सारे सच का पता ही नहीं। असल दे विच उहने इत्थों जाण तों पहले मेरे वास्ते खुरली दे विच शराब की बोतल रख दित्ती सी, ते बाद विच उत्थों जाके मैनू फोन करदा रहा कि फड़ ला उहदी बांह, कुछ नहीं हुंदा जे आण के कोई गल करूगी भी ना तो कोई गल नहीं, आपां तेरा साथ देण नूं तैयार हाँ, ते मेरा साथ उहने दित्ता भी, बस इस इहो गलतियां कीतियां मैं। ते तुसीं अपनी समझ तों मासा काम नहीं लिया, जो कहिंदा रहा उहदे कहिण ते करदे रहे जे। इहो ही ते गल मैं कहिण डिआं कि मैनू विक्की ते विश्वास ही इन्ना सी कि वह मेरा गलत कभी कर नहीं सकता। ये तो मम्मी मेरिया अज अखा खुलियां जदों ने यह गल आखी कि तू तो आप पैग मंगता रहा वा, मैं तो तेनों पैग दिता ही नहीं रहा। मैं सच्ची नहीं शराब पीती, इन्हें धक्के प्याली आ मैनू, मेरा यकीन करो। लो वेख लो मम्मी जी, सुन लो अपने लाडले की सच्चाई, जिहड़ा हंस बन के बैठा ही ना असल च विचों बगला निकलिया, तो इधर साध बंदे नू बदनाम करके रख दिता। कोई नहीं पुत, जे हा गल है ना तो इन्हों मैं पुछदी हाँ। नहीं मम्मी जी, कुछ नहीं पुछना तुम इन्हों, जे तुम इन्हों पुछया ना तो इन्होंने तरले मिनता करके माफिया मंग के इन्होंने छुट जाना, तो मैं नहीं चाहती इन्हों इदा ही बख्शीए, इन्हों तो मैं दूजा तरीका ही वरतूंगी इन्हों के नाल। फिर तू दस दे किदा करनी इन्हों के नाल। मम्मी जी तुम हूँ आराम नाल जाओ, बवो खलोवो, कोई गलबात ना इन्हों के नाल करो, किसी गल का जिक्र ना करो, टाइम आने मैं इन्हों अपने हिसाब के नाल टक्करांगी। संदीप जे तू कहनी है ना तो मैं कोई गल नहीं इन्हां नाल करदी, इन्हां वेख ला मेरे कवल नूं किन्ना बदनाम कीता आ। कोई नहीं मम्मी जी, तुसीं कोई जिक्र ना करियो, तुसीं जा के आराम नाल लम्मे पाओ। चल मैं जानी आ, तुसीं भी चल जाओ। उदां ना सारे सामने मैं कह दिता वा कि कवल ने शराब पीती है, पर मैनू शक वा कि विक्की ने जरूर कोई ना कोई काला माला कीता वा। शक? मैनू तो पूरा यकीन आ, ये दोवें जी कुछ भी कर सकते आ, कदी किसी दे सके नहीं हो सकते, इन्हां तो रब ही बचावे। सही कहा जी, तां पता नहीं ये बड़िया ही पलैनगा करते फिरदे आ, रब ही जाने, पर अहीं इन्हां को डर के नहीं रहना, नहीं तो इन्हां ने सानू वेच के खा जाना आ। आ जाओ बह जाओ दीदी। गल तो ठीक है भाभी जी तुहाडी वी, मैनू भी अज ही पता लगा वा आड़तिया 30 रुपये बोरे पिछे वध क्यों लाउण डिया है। अच्छा, हले तो सिर्फ खाद दे बोरियां दा ही पता लगा, की पता इन्हें किन्नियां कु कुंडियां लाइयां वा होर कम्मां च वी। दीदी ताइयों ते सारा हिसाब किताब अपने हाथ च रख्या, हुण सारा हिसाब लिखदे आ। वधिया गल आ, हिसाब किताब लिखणगे ते फिर ही पता लगू, नाले अज कवल ने वी ना इहदे सारे चिट्ठे खोल के रख दित्ते आ, सारियां करतूतां दसियां जो जो इन्हें करवाया कवल कोलों। अच्छा, ਕਿਹੜੇ ਚਿੱਠੇ ਦੀਦੀ? ਆਹੀ ਆ ਜਿਹੜਾ ਇਹਨੇ ਸ਼ਰਾਬ ਪੀ ਕੇ ਕਵਲ ਨੇ ਆ ਹਰਕਤ ਕੀਤੀ ਆ, ਅਤੇ ਇਹ ਇਹਦੇ ਕੋਲ ਵਿੱਕੀ ਨੇ ਕਰਵਾਈ ਆ, ਆ ਜਿਹੜਾ ਦੋ ਵਾਰੀ ਉਹਨੇ ਮੇਰਾ ਹੱਥ ਫੜਿਆ ਨਾ ਉਹਦੇ ਕਹਿਣ 'ਤੇ ਸਾਰਾ ਕੁਛ ਹੋਇਆ ਵਾ। ਅੱਛਾ, ਆ ਸਾਰੇ ਕੰਮ ਵਿੱਕੀ ਕਰਵਾਉਂਦਾ ਏ, ਇੰਨੀ ਮਾੜੀ ਸੋਚ ਇਹਨਾਂ ਦੀ। ਉਹ ਜੀ ਤਾਂ ਇਹਨਾਂ ਨੂੰ ਚੰਗੀ ਮਾੜੀ ਸੋਚ ਦੇ ਨਾਲ ਨਹੀਂ ਕੋਈ ਵੀ, ਬਸ ਇਹਨਾਂ ਨੂੰ ਤਾਂ ਹੱਥ ਆਪਣਾ ਫਾਇਦਾ ਹੀ ਦੇਖਦਾ ਆ। ਸਹੀ ਕਿਹਾ ਭਾਬੀ ਜੀ ਤੁਸੀਂ, ਵਿੱਕੀ ਅਤੇ ਪ੍ਰੀਤ ਆਪਣੇ ਫਾਇਦੇ ਲਈ ਕੁਛ ਵੀ ਕਰ ਸਕਦੇ ਆ। ਪਰ ਭਾਬੀ ਤੁਹਾਨੂੰ ਇਹ ਨਹੀਂ ਪਤਾ ਕਿ ਵਿੱਕੀ ਕਵਲ ਨੂੰ ਸ਼ਰਾਬ ਪੀਂਦਾ ਕਿਉਂ ਸੀ। ਵਿੱਕੀ ਕਿੱਥੇ ਪੀਂਦਾ ਸੀ, ਕਵਲ ਆਪ ਹੀ ਸ਼ਰਾਬ ਪੀਂਦਾ ਸੀਗਾ। ਉਹ ਪੀਂਦਾ ਤਾਂ ਉਹ ਆਪ ਹੀ, ਪਰ ਪਿਆਲਦਾ ਉਹਨੂੰ ਵਿੱਕੀ ਸੀ, ਪੈਸੇ ਉਹਨੂੰ ਵਿੱਕੀ ਦਿੰਦਾ ਸੀ, ਜੇ ਮੰਮੀ ਮਨਾ ਕਰ ਵੀ ਦਿੰਦੇ ਸੀ ਨਾ ਪੈਸੇ ਨਹੀਂ ਦੇਣੇ, ਉਹ ਆਪਣੇ ਕੋਲੋਂ ਮੰਮੀ ਤੋਂ ਪੜਦਾ ਰੱਖ ਕੇ ਚੋਰੀ ਪੈਸੇ ਦਿੰਦਾ ਸੀ ਕਿ ਕਵਲ ਸ਼ਰਾਬ ਪੀਏ। ਅੱਛਾ, ਮੈਨੂੰ ਤਾਂ ਇਹ ਗੱਲ ਦਾ ਪਤਾ ਹੀ ਨਹੀਂ। ਭਾਬੀ ਜੀ ਸਿਰਫ ਇੰਨਾ ਹੀ ਨਹੀਂ, ਤੁਹਾਨੂੰ ਅਜੇ ਕਈ ਗੱਲਾਂ ਵਾ ਜਿਹਨਾਂ ਦਾ ਪਤਾ ਹੀ ਨਹੀਂ ਹੈ। ਇਸ ਤੱਕ ਜੇ ਮੈਂ ਵੀ ਵਿੱਕੀ ਨੂੰ ਮਨਾ ਕਰਦਾ ਸੀ ਨਾ ਕਿ ਕਿਉਂ ਪੈਸੇ ਉਹਨੂੰ ਦਿੰਦਾ ਵਾ, ਕਿੰਨੀ ਮਿਹਨਤ ਨਾਲ ਅਸੀਂ ਪੈਸੇ ਕਮਾਉਂਦੇ ਹਾਂ, ਕਿਉਂ ਬਰਬਾਦ ਕਰ ਰਹੇ ਉਹਦੀ ਸ਼ਰਾਬ 'ਤੇ, ਅਤੇ ਮੈਨੂੰ ਅੱਗੋਂ ਕਹਿੰਦਾ ਹੁੰਦਾ ਸੀ ਇਹ ਤਾਂ ਮੈਂ ਐਫਡੀਆਂ ਕਰਾ ਰਿਹਾ, ਬਰਬਾਦ ਥੋੜ੍ਹੀ ਕਰ ਰਿਹਾ ਵਾਂ। ਹੈ ਐਫਡੀਆਂ ਕਰਵਾਉਣ ਡਿਆ, ਪਰ ਉਹ ਕਿੱਦਾਂ? ਵਿੱਕੀ ਆਉਂਦਾ ਸੀ ਕਿ ਕਵਲ ਨੂੰ ਪਿਆ ਕੇ ਨਾ ਆਪਣੇ ਹੱਥ 'ਚ ਰੱਖਣਾ ਵਾ, ਵਿਆਹ ਅਸੀਂ ਉਹਦਾ ਹੁਣ ਨਹੀਂ ਦੇਣਾ ਤਾਂ ਕਿ ਸਾਰੀ ਜ਼ਮੀਨ ਜਿਹੜੀ ਆ ਉਹ ਸਾਡੇ ਕੋਲ ਰਹਿ ਜਾਏਗੀ। ਠੀਕ ਆ, ਇਹ ਗੱਲ ਆ, ਕੋਈ ਨਾ ਵਿੱਕੀ ਸਿਆਂ, ਹੁਣ ਤੇਰੀਆਂ ਸਕੀਮਾਂ ਨਾ ਤੇਰੇ 'ਤੇ ਹੀ ਪੁੱਠੀਆਂ ਪੈਣਗੀਆਂ। ਦੀਦੀ ਪਹਿਲਾਂ ਤਾਂ ਉਹ ਸਾਨੂੰ ਕੁਛ ਨਹੀਂ ਆਉਂਦੇ, ਪਰ ਜਦੋਂ ਦਾ ਅਸੀਂ ਉਹਨਾਂ ਦਾ ਸਾਥ ਦੇਣਾ ਛੱਡਤਾ ਨਾ ਉਹ ਸਾਡੇ ਵੀ ਖਿਲਾਫ਼ ਹੋ ਗਏ ਆ। ਅਤੇ ਇੱਕ ਹੋਰ ਗੱਲ, ਅੱਜ ਜਦੋਂ ਦਾ ਜੀਤਾਂ ਤੁਹਾਡੇ ਨਾਲ ਬੋਲਚਾਲ ਰੱਖਦੀ ਆ ਨਾ, ਇਹ ਵੀ ਗੱਲ ਉਹਨਾਂ ਨੂੰ ਬੜੀ ਚੁੱਭਦੀ ਆ, ਵੇਖਿਆ ਅੱਜ ਕਿੱਦਾਂ ਦੇ ਗਲ ਪੈਣ ਡਈ। ਕੋਈ ਨਹੀਂ ਸੋਨੂੰ, ਤਗੜੇ ਰਹੋ ਤੁਸੀਂ, ਜੇ ਅੱਜ ਤੁਸੀਂ ਮੇਰਾ ਸਾਥ ਦੇਣ ਡਏ ਜੇ ਨਾ ਤਾਂ ਮੈਂ ਵੀ ਮਰਦੇ ਦਮ ਤੱਕ ਤੁਹਾਡਾ ਸਾਥ ਨਹੀਂ ਛੱਡਦੀ। ਆਹ ਵਿੱਕੀ ਪ੍ਰੀਤ ਦੀਆਂ ਤਾਂ ਮੈਂ ਨੱਕ ਨਾਲ ਲਕੀਰਾਂ ਨਾ ਕਢਾਤੀਆਂ, ਮੇਰਾ ਨਾਂ ਵੀ ਸੰਦੀਪ ਨਹੀਂ। ਦੀਦੀ ਸਾਨੂੰ ਯਕੀਨ ਆ ਪੂਰਾ ਤੁਹਾਡੇ 'ਤੇ।